ਹਰਕਤ ਹੈ। ਯੂਪੀ ਦੇ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਲਗਾਤਾਰ ਹੁਣ ਵਧਦੀ ਜਾ ਰਹੀ ਹੈ। ਇੱਕ ਹੋਰ ਨਵੇਂ ਜ਼ਿਲ੍ਹੇ ਨੂੰ ਹਵਾਈ ਅੱਡਾ ਮਿਲਣ ਜਾ ਰਿਹਾ ਹੈ। ਦੱਸ ਦਈਏ ਕਿ 2 ਮਾਰਚ ਨੂੰ ਲਖਨਊ ਤੋਂ ਸਿੱਧੀਆਂ ਹਵਾਈ ਜਿਹੜੀਆਂ ਉਡਾਨਾਂ ਨੇ ਉਹ ਸ਼ੁਰੂ ਹੋ ਜਾਣਗੀਆਂ। ਦੱਸ ਦਈਏ ਕਿ ਪੀਐਮ ਮੋਦੀ ਅਤੇ ਸੀਐਮ ਯੋਗੀ ਵੱਲੋਂ ਵਰਚੁਅਲ ਤੌਰ ਤੇ ਇਸਦਾ ਉਦਘਾਟਨ ਵੀ ਕੀਤਾ ਜਾਣਾ। ਸ਼ਹਿਰ ਅਲੀਗੜ੍ਹ ਤੋਂ ਹਵਾਈ ਯਾਤਰਾ ਸ਼ੁਰੂ ਕਰਨ ਦਾ ਸੁਪਨਾ ਜੋ ਜ਼ਿਲ੍ਹੇ ਦੇ ਲੋਕਾਂ ਨੇ 2015 ਦੇ ਵਿੱਚ ਦੇਖਿਆ ਸੀ, ਹੁਣ 2 ਮਾਰਚ ਨੂੰ ਪੂਰਾ ਹੋਣ ਜਾ ਰਿਹਾ। ਅਲੀਗੜ੍ਹ ਏਅਰਪੋਰਟ ਤੋਂ ਲਖਨਊ ਦੇ ਲਈ ਹਵਾਈ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਪੀਐਮ ਮੋਦੀ ਅਤੇ ਸੀਐਮ ਯੋਗੀ ਹਵਾਈ ਅੱਡੇ ਦਾ ਵਰਚੁਅਲੀ ਢੰਗ ਦੇ ਨਾਲ ਉਦਘਾਟਨ ਕਰਨਗੇ। ਹਵਾਈ ਅੱਡੇ ਤੋਂ ਹੋਣ ਵਾਲੇ ਪ੍ਰੋਗਰਾਮ ਦੇ ਵਿੱਚ ਸਾਰੇ ਸਥਾਨਕ ਲੋਕ ਅਤੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ। ਦੱਸ ਦਈਏ ਕਿ ਅਲੀਗੜ੍ਹ ਹਵਾਈ ਅੱਡੇ ਦੇ ਖੁੱਲ੍ਹਣ ਦੇ ਨਾਲ 8 ਸਾਲਾਂ ਦਾ ਲੰਬਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। 2 ਮਾਰਚ ਨੂੰ ਸੂਬੇ ਦੇ 5 ਹਵਾਈ ਅੱਡਿਆਂ ਦਾ ਇੱਕੋ ਸਮੇਂ ਉਦਘਾਟਨ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਸੀਐਮ ਯੋਗੀ ਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਗਮ ਆਜ਼ਮਗੜ੍ਹ ਵਿੱਚ ਵਰਚੁਅਲੀ ਤੌਰ ਤੇ ਇਸ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਦੱਸ ਦਈਏ ਕਿ ਮੁੱਖ ਸਮਾਗਮ ਆਜ਼ਮਗੜ੍ਹ ਦੇ ਵਿੱਚ ਹੀ ਹੋਵੇਗਾ। ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਏਅਰਪੋਰਟ ਤੇ ਵੀ ਦਿਖਾਇਆ ਜਾਵੇਗਾ। ਇਸ ਸੰਬੰਧੀ ਫਲਾਇੰਗ ਕੰਪਨੀ ਫਲਾਈ ਬਿਗ ਦੀ ਟੀਮ, ਪ੍ਰਸ਼ਾਸਨ ਅਤੇ DGCA ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ। ਦੱਸ ਦਈਏ ਕਿ ਯੂਪੀ ਦੇ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਇੱਕ ਨਵੇਂ ਜ਼ਿਲ੍ਹੇ ਦਾ ਹਵਾਈ ਅੱਡਾ ਵੀ ਤਿਆਰ ਹੋ ਗਿਆ। ਦਰਅਸਲ ਲਖਨਊ ਦੇ ਵਿੱਚ 2 ਮਾਰਚ ਤੋਂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਪੀਐਮ ਮੋਦੀ ਅਤੇ ਸੀਐਮ ਯੋਗੀ ਆਦਿੱਤਿਆਨਾਥ ਦੇ ਵੱਲੋਂ ਵਰਚੁਅਲੀ ਤੌਰ ਤੇ ਇਸ ਹਵਾਈ ਅੱਡੇ ਦਾ ਉਦਘਾਟਨ ਕੀਤਾ ਜਾਣਾ ਹੈ, ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਦੱਸ ਦਈਏ ਕਿ ਸ਼ਹਿਰ ਅਲੀਗੜ੍ਹ ਤੋਂ ਹਵਾਈ ਯਾਤਰਾ ਸ਼ੁਰੂ ਕਰਨ ਦਾ ਸੁਪਨਾ ਪਿਛਲੇ ਲੰਬੇ ਸਮੇਂ ਤੋਂ ਲੋਕ ਦੇਖ ਰਹੇ ਸਨ, ਜੋ ਕਿ ਹੁਣ ਪੂਰਾ ਹੁੰਦਾ ਹੋਇਆ ਜਾਪ ਰਿਹਾ ਹੈ। ਦੱਸ ਦਈਏ ਕਿ ਇਹ ਸਭ ਤੋਂ ਵੱਡੀ ਅਤੇ ਖੁਸ਼ਖਬਰੀ ਦੀ ਗੱਲ ਹੈ ਕਿ ਲਖਨਊ ਦੇ ਵਿੱਚ ਜਿਹੜਾ ਹਵਾਈ ਅੱਡਾ ਹੈ ਹੁਣ ਉਡਾਨਾਂ ਲਈ ਸ਼ੁਰੂ ਹੋ ਜਾਵੇਗਾ, ਅਤੇ ਲੋਕਾਂ ਨੂੰ ਲੰਬੇ ਸਮੇਂ ਤੋਂ ਇਸਦਾ ਇੰਤਜ਼ਾਰ ਸੀ, ਜੋ ਕਿ ਹੁਣ ਖਤਮ ਹੁੰਦਾ ਜਾ ਰਿਹਾ ਅਤੇ 2 ਮਾਰਚ ਨੂੰ ਪੂਰਾ ਹੋਣ ਜਾ ਰਿਹਾ। ਦੱਸ ਦਈਏ ਕਿ ਅਲੀਗੜ੍ਹ ਏਅਰਪੋਰਟ ਤੋਂ ਲਖਨਊ ਦੇ ਲਈ ਹਵਾਈ ਯਾਤਰਾ ਹੁਣ ਸ਼ੁਰੂ ਹੋ ਜਾ ਰਹੀ ਹੈ, ਜਿਸਦਾ ਪੀਐਮ ਮੋਦੀ ਅਤੇ ਸੀਐਮ ਯੋਗੀ ਵਰਚੁਅਲੀ ਤੌਰ 'ਤੇ ਉਦਘਾਟਨ ਕਰਨਗੇ।